तेरा काम हो गया। तू वीडियो पाई आ ता आ जा। ਸਵਾਦੀ ਤੁਹਾਡਾ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਪਹਿਲਾਂ ਆਪਾਂ ਗੱਲ ਕਰਦੇ ਨੂਰ ਉੱਪਲ ਦੀ। ਸੋ ਨੂਰ ਉੱਪਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਜਿਸਦੇ ਵਿੱਚ ਉਸਨੇ ਦੱਸਿਆ ਕਿ ਜੋ ਵੀ ਮੈਂ ਇੰਸਟਾਗ੍ਰਾਮ 'ਤੇ ਪ੍ਰਮੋਸ਼ਨਾਂ ਕਰਦਾ ਉਹ ਮੇਰੀ ਜੌਬ ਆ ਅਤੇ ਇਹ ਜੋ ਵੀ ਪ੍ਰਮੋਸ਼ਨਾਂ ਕਰਦਾਂਗਾ ਇਹਨਾਂ ਦੀ ਰਿਸਪੋਂਸੀਬਿਲਟੀ ਤੁਹਾਡੀ ਖੁਦ ਹੀ ਹੋਵੇਗੀ। ਜੇਕਰ ਤੁਸੀਂ ਇਹਨਾਂ ਨਾਲ ਕੋਈ ਗੱਲਬਾਤ ਕਰਦੇ ਜਾਂ ਇਹਨਾਂ ਤੋਂ ਕੋਈ ਸਰਵਿਸ ਲੈਂਦੇ ਹੋ ਕਿ ਤੁਹਾਡੇ ਉਹ ਬੰਦੇ ਪੈਸੇ ਮੁੱਕਰਦੇ ਜਾਂ ਨਹੀਂ ਮੁੱਕਰਦੇ, ਕਿਉਂਕਿ ਇੱਦਾਂ ਬਹੁਤ ਸਾਰਿਆਂ ਨਾਲ ਹੋ ਜਾਂਦਾ ਕਿ ਉਹ ਬੰਦੇ ਪੈਸੇ ਪਵਾ ਕੇ ਉਸ ਤੋਂ ਬਾਅਦ ਮੁੱਕਰ ਜਾਂਦੇ ਨੇ। ਬਾਕੀ ਇਹ ਨੂਰ ਉੱਪਲ ਦਾ ਕਹਿਣਾ ਕਿ ਮੇਰੀ ਕੋਈ ਰਿਸਪੋਂਸੀਬਿਲਟੀ ਨਹੀਂ ਇਸ ਚੀਜ਼ ਨੂੰ ਲੈ ਕੇ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੱਕੀ ਗੋਲਡ ਸਮਿਥ ਦੀ। ਸੋ ਲੱਕੀ ਗੋਲਡ ਸਮਿਥ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਰੀਲ ਸ਼ੇਅਰ ਕੀਤੀ ਜਿਸਦੇ ਵਿੱਚ ਉਸਨੇ ਆਪਣੇ ਮਿਊਜ਼ਿਕ ਸਿਸਟਮ ਨੂੰ ਦਿਖਾਇਆ ਕਿ ਬਾਲਟੀ ਕਿਵੇਂ ਹਿਲਦੀ ਹੈ ਜਿਹਦੀ ਰੀਲ ਤੁਸੀਂ ਦੇਖ ਲਈ ਅਤੇ ਬਾਕੀ ਤੁਸੀਂ ਵਲੌਗ ਵੀ ਦੇਖ ਹੀ ਲਿਆ ਹੋਣਾ। ਬਾਕੀ ਤੁਹਾਨੂੰ ਲੱਕੀ ਦਾ ਮਿਊਜ਼ਿਕ ਸਿਸਟਮ ਕਿਵੇਂ ਦਾ ਲੱਗਾ ਤੁਸੀਂ ਉਹ ਵੀ ਕਮੈਂਟ ਬੋਕਸ 'ਚ ਜ਼ਰੂਰ ਕਮੈਂਟ ਕਰੋ। ਅਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਕਾਲ ਚੱਠਾ ਦੀ, ਜਿਵੇਂ ਕਿ ਤੁਸੀਂ ਇਸ ਬਾਈ ਨੂੰ ਜਾਣਦੇ ਹੋਵੋਗੇ। ਇਸ ਕੋਲ ਅਰਜਨ ਟਰੈਕਟਰ ਅਤੇ ਇਸ ਦੇ ਨਾਲ ਇੱਕ 855 ਵਾਲੇ ਨੇ ਰੇਸ ਲਾਈ ਤੀ ਜਿਸਦੀ ਵੀਡੀਓ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਜਿਸ ਵਿੱਚ ਉਸਨੇ ਵੀਡੀਓ ਬਣਾ ਕੇ ਅਤੇ ਆਪਣੇ ਕਿਸੇ ਪੇਜ 'ਤੇ ਸ਼ੇਅਰ ਕਰ ਦਿੱਤੀ ਜਿਸ ਤੋਂ ਬਾਅਦ ਅਕਾਲ ਚੱਠੇ ਨੂੰ ਗੁੱਸਾ ਆਇਆ ਅਤੇ ਉਸਨੇ ਜਾ ਕੇ ਆਪਣੇ ਅਤੇ ਉਹਨਾਂ ਨਾਲ ਰੀਲ ਸ਼ੇਅਰ ਕੀਤੀ ਜੋ ਵੀਡੀਓ ਤੁਸੀਂ ਆਪਣੀ ਸਕਰੀਨ ਉੱਪਰ ਅੱਗੇ ਦੇਖੋਗੇ। ਮੇਰੀ ਗੱਲ ਸੁਣ, ਮੈਂ ਖੜਾ ਨਾ, ਆ ਖੜਾ ਨਾ ਇਤਰੇ ਕੋਲ ਆ ਕੇ ਤੂੰ ਵੀਡੀਓ ਪਾਈ ਆ ਤਾਂ ਆ ਜਾ। ਹਾਂਜੀ, ਤੁਸੀਂ ਇਹ ਵੀਡੀਓ ਦੇ ਲਈ ਹੋਣੀ ਦੇਖ। ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਬਹੁਤ ਸਾਰੇ ਕਿ ਇੱਦਾਂ ਰੇਸਾਂ ਲਾਉਣੀਆਂ ਜਿਵੇਂ ਕਿ ਆਪਾਂ ਸ਼ਹੀਦੀ ਦਿਹਾੜੇ 'ਤੇ ਜਾਂਦੇ ਹਾਂਗੇ ਤਾਂ ਇੱਦਾਂ ਰੇਸਾਂ ਲਾਉਣੀ ਸਹੀ ਨੇ ਜਾਂ ਗਲਤ ਨੇ, ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰੋ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤਲਜਿੰਦਰ ਚੀਮੇ ਦੀ। ਸੋ ਜਿਵੇਂ ਕਿ ਤੁਸੀਂ ਬਾਈ ਨੂੰ ਜਾਣਦੇ ਹੋਵੋਗੇ ਜੋ ਇੱਕ ਟਰੈਕਟਰ ਫਾਰਮਰ ਟਰੈਕ ਨਾਲ ਬਹੁਤ ਹੀ ਜ਼ਿਆਦਾ ਓਵਰਲੋਡ ਢੋਂਦਾ, ਉੱਥੇ ਕਿ ਉਹ ਇੱਕ ਗੰਨੇ ਦੀ ਭਰੀ ਟਰਾਲੀ ਨੂੰ ਮਿੱਲ ਵਿੱਚ ਲੈ ਕੇ ਜਾਂਦਾ ਅਤੇ ਉੱਥੇ ਕੀ ਹੁੰਦਾ। ਬਾਕੀ ਤੁਸੀਂ ਸਾਰੀ ਅੱਗੇ ਵੀਡੀਓ ਜ਼ਰੂਰ ਦੇਖਿਓ, ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੋਰ ਵੀਡੀਓਜ਼ ਦੇਖ ਲਈ ਚੈਨਲ 'ਤੇ ਲਗਾਤਾਰ ਤੁਸੀਂ ਬਣੇ ਰਹੋ। ਰੁਕਣਾ ਹੀ ਪੈਣਾ, ਕੰਡਿਆ ਬੰਦ ਕਰਤਾ ਮੰਮਾ। ਕੰਡੇ ਦਾ ਕੰਮ ਹੋ ਗਿਆ, ਕੰਡਾ ਵਾਲੀ ਚੱਕਣਾ ਭਾਰ ਪਿਆ। ਹਾਂ, ਝੋਟੇ ਨੇ ਕੰਡੇ ਦਾ ਕੰਮ ਕਰਤਾ, ਕੱਢਤਾ ਅਗਲਿਆਂ ਨੇ ਬਾਹਰ। ਹੁਣ ਕਹਿੰਦੇ ਨਿਕਲੋ ਬਾਹਰ, ਕਹਿੰਦੇ ਹੁਣ ਅਗਲੀਆਂ ਨੂੰ ਕਹਿੰਦਾ ਬੈਨ ਕਰਨਾ। ਉੱਧਰ ਉਹਨੂੰ ਵੀ ਬਾਹਰ ਕੱਢਤਾ, ਕਹਿੰਦੇ ਇੱਥੇ ਨਹੀਂ ਵਜਨ ਹੋਣਾ ਇਹਨਾਂ ਦਾ, ਲੈ ਜਾਓ ਜਿੱਥੇ ਲੈ ਕੇ ਜਾਣੀ ਹੈ, ਕੱਢਤਾ ਬਾਹਰ। ਚਲੋ ਜੀ, ਕਿੱਦਾਂ ਫਿਰ ਦੁਨੀਆ ਕਹਿੰਦੀ ਭੈਣ ਚੋਂ ਬਾਹਰ ਕਾਹਦੀ ਕੰਡਾ ਕਰਾਇਆ, ਇਸ ਕਰਕੇ ਕਰਾਈ ਦਾ ਕੰਡਾ ਬਾਹਰ। ਸਗਨਾ।